ब्राइडल लहंगा दी हुण लग रही है वड्डे पद्धर दे उत्ते सेल। ਸਾਡੀਆਂ ਆਫਰਾਂ ਹੈਗੀਆਂ ਜਿਨ੍ਹਾਂ ਦਾ 10,000 ਤੋਂ ਉੱਪਰ ਹੋਏਗਾ ਅਸੀਂ ਉਹਨਾਂ ਨੂੰ ਬ੍ਰਾਈਡਲ ਮੇਕਅਪ ਨਾਲ ਫ੍ਰੀ ਦੇਵਾਂਗੇ। ਚਾਹੇ 2,000 ਰੈਂਟ 'ਚ ਲੈਂਦੀਆਂ ਚਾਹੇ 10 ਦਾ ਲੈਂਦੀਆਂ ਪਹਿਲਾਂ ਅਸੀਂ ਉਹਨਾਂ ਨੂੰ ਚੂੜਾ ਬ੍ਰਾਈਡ ਨੂੰ ਬਿਲਕੁਲ ਫ੍ਰੀ ਦੇਵਾਂਗੇ। ਸਾਬੇ ਸਾਚੀ ਬਾਲੀਵੁੱਡ ਇਹ ਆਲੀਆ ਭੱਟ ਨੇ ਪਾਇਆ ਹੋਇਆ ਜੀ, ਮਤਲਬ ਕਾਪੀ ਹੈਗੀ ਹੈ, ਇਹ ਸਾਬੇ ਸਾਚੀ ਸਟਾਈਲ ਹੈ। ਸ਼ੋਰੂਮ ਦੇ ਅੰਦਰ ਤੁਹਾਨੂੰ ਹਰ ਵੈਰਾਈਟੀ ਦੇ ਨਜ਼ਰ ਆਉਣਗੇ ਵੱਖਰੇ ਵੱਖਰੇ ਲਹਿੰਗੇ, ਪਰਲ, ਡਾਇਮੰਡ, ਰੂਬੀ, ਹਰ ਇੱਕ ਤਰ੍ਹਾਂ ਦੇ ਸਟੋਨਾਂ ਦੇ ਵਿੱਚ ਇਹ ਸਾਡੇ ਕੋਲ ਡਿਜ਼ਾਈਨ ਹੈਗਾ ਆ। ਇਹ ਰਜਵਾੜਾ ਟਾਈਪ ਆ ਗਿਆ, ਇਹ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬਹੁਤ ਚੱਲ ਰਿਹਾ ਹੈਗਾ। ਇਹਨੂੰ ਗੂਰੀ ਲਹਿੰਗਾ ਬੋਲਦੇ ਆ ਸਰ, ਇਹ ਵੀ ਮਾਲਵਾੜੀ ਵਿੱਚ ਆਉਂਦਾ ਹੈ, ਇਹ ਵੀ ਸਾਡੇ ਕੋਲ ਬਿਲਕੁਲ ਨਿਊ ਵਰਾਇਟੀ ਹੈਗੀ ਆ, ਬਾਏ ਵੀ ਕਰ ਸਕਦੇ ਹਾਂ ਅਤੇ ਰੈਂਟ 'ਤੇ ਵੀ ਲੈ ਸਕਦੇ ਹਾਂ। ਬੱਸੀ ਪਠਾਣਾ ਦੇ ਵਿੱਚ ਖੁੱਲ ਚੁੱਕਿਆ ਹੈ ਲਹਿੰਗਿਆਂ ਦਾ ਸ਼ੋਰੂਮ। 10 ਤਰ੍ਹਾਂ ਦੇ ਡਿਜ਼ਾਈਨ ਹੈਗੇ ਆ, ਇੰਨੇ ਸਾਡੇ ਕੋਲ ਕਲਰ ਹੈਗੇ ਆ, ਹਰ ਇੱਕ ਤਰ੍ਹਾਂ ਦਾ ਕਲਰ ਸਾਡੇ ਲਹਿੰਗਿਆਂ ਦੇ ਨਾਲ ਮਿਲਦਾ ਜੁਲਦਾ ਬਰਾਈਡ ਨੂੰ ਮਿਲੇਗਾ। ਬੜੇ ਗ੍ਰੇਸਫੁੱਲ ਲੁੱਕ ਆ ਰਹੀ ਹੈ, ਦੇਖੋ ਸਾਡੀ ਜਿਹੜੀ ਬਰਾਈਡ ਹੈ ਮਾਡਲ ਹੈ ਬੜੀ ਬਿਊਟੀਫੁੱਲ ਹੈ। ਨਾਈਟ ਦੇ ਵਿੱਚ ਜਿਵੇਂ ਅੱਜ ਕੱਲ੍ਹ ਨਾਈਟ ਪ੍ਰੋਗਰਾਮ ਜ਼ਿਆਦਾ ਹੁੰਦੇ ਆ, ਉਸ 'ਚ ਪਾਈ ਹੋਈ ਡਰੈਸ ਬਹੁਤ ਪਿਆਰੀ ਲੱਗਦੀ ਹੈ। ਇਹਦੇ ਵਿੱਚ ਵੀ ਅਲੱਗ ਅਲੱਗ ਕਲਰ ਮਿਲ ਜਾਣਗੇ ਅਤੇ ਇਨ ਫਿਊਚਰ ਇਸ ਤੋਂ ਵੀ ਵਧੀਆ ਆਪਾਂ ਹੋਰ ਵਰਾਇਟੀ ਵੀ ਰੱਖਣੀ ਹੈ ਅਤੇ ਇੱਦਾਂ ਦੇ ਸਾਡੇ ਕੋਲ ਹੋਰ ਵੀ ਹੈਗੇ ਨੇ। ਇਹ ਵੀ ਗਰਲਿਸ਼ ਲੇਡੀਜ਼ ਪਾਰਟੀ ਵੇਅਰ ਡਰੈਸ ਹੈਗੀ ਹੈ ਸਾਡੀ, ਅਤੇ ਇਹ ਸਾਰਾ ਥਰੈਡ ਨਾਲ ਮਸ਼ੀਨੀ ਵਰਕ ਕੀਤਾ ਹੋਇਆ ਹੈਗਾ ਅਤੇ ਸਟੋਨ ਦਾ ਵਰਕ ਹੈ ਇਹਦੇ 'ਤੇ ਸਾਰਾ, ਅਤੇ ਇਹਦੇ 'ਚ ਕਲਰ ਵੀ ਤੋਂ ਅਲੱਗ ਮਿਲ ਜਾਣਗੇ, ਇਹ 'ਚ ਕਲਰ ਹੈਗੇ ਨੇ ਹੋਰ ਬਹੁਤ ਸਾਰੇ। ਇਹਦਾ ਦੁਪੱਟਾ ਹੈਵੀ ਹੈ ਅਤੇ ਵਰਕ ਬਹੁਤ ਸੋਹਣਾ ਹੋਇਆ ਹੋਇਆ, ਗੋਲਡਨ ਸਿਲਵਰ ਦਾ ਹੈਗਾ ਕੰਟਰਾਸਟ ਇਹਦੇ ਵਿੱਚ, ਅਤੇ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਇਹ। ਇਹ ਕੋਪਰ 'ਚ ਡਿਜ਼ਾਇਨ ਹੈ ਸਰ, ਇਹ ਜੋ ਨਾਲ ਲੜਕੀਆਂ ਹੋਣਗੀਆਂ ਉਹ ਆਪਣੀ ਪਸੰਦ ਦਾ, ਜੇ ਕਿਸੇ ਨੇ ਛੋਟੀ ਲੈਣੀ ਆ ਵੱਡੀ ਲੈਣੀ ਆ ਉਹਦੇ ਮੁਤਾਬਕ ਚੋਲੀ ਸੀ ਜਾਊਗੀ। ਸਰ ਇਹ ਸਾਡਾ ਆ ਜਾਂਦਾ ਰਾਜਵਾੜੀ ਸੈੱਟ ਆਉਂਦਾ ਹੈ, ਅਤੇ ਇਹਦੇ ਵਿੱਚ ਬਹੁਤ ਸਾਰੇ ਕਲਰ ਹੈ, ਪਰਲ ਵਿੱਚ ਆ ਗਿਆ। ਇਹਦੇ ਵਿੱਚ ਸਾਡੇ ਕੋਲ 5 ਤੋਂ 10 ਤੱਕ ਹੈਗੇ ਨੇ ਜਿਊਲਰੀ ਸੈੱਟ ਇੱਦਾਂ ਦੇ, ਔਰ ਇਹਦੇ ਵਿੱਚ ਕਲਰ ਵੀ ਅਲੱਗ ਅਲੱਗ ਡਿਫਰੈਂਟ ਕਲਰ ਦੇ ਤੁਹਾਨੂੰ ਮਿਲਣਗੇ। ਉੱਪਰ ਹੈਗੀ ਆ ਆਪਾਂ ਹਰ ਇੱਕ ਬ੍ਰਾਈਡਲ ਲਹਿੰਗੇ ਦੇ ਨਾਲ ਬ੍ਰਾਈਡਲ ਚੂੜਾ ਫ੍ਰੀ ਹੈ ਸਾਡੇ ਵੱਲੋਂ, ਚੋਇਸ ਆ ਪਏ ਆ ਸਾਰੇ, ਜੋ ਵੀ ਪਸੰਦ ਕਰੇਗੀ ਬ੍ਰਾਈਡ ਉਹਨੂੰ ਦਿੱਤਾ ਜਾਊਗਾ। ਵੈਲਵਟ ਦੇ ਵਿੱਚ ਹੈਗਾ ਗੋਲਡਨ ਜਰਕ ਜਰੀ ਦਾ ਸਾਰਾ ਵਰਕ ਹੈਗਾ ਇਹਦੇ 'ਤੇ, ਇਸ ਇਹਦਾ ਬਿਲਕੁਲ ਲਾਈਟ ਵੇਟ ਹੈ ਸਰ। ਨੈਕਲੈਸ ਇਹਨਾਂ ਦੇ ਨਾਲ ਸਰ ਜਿਊਲਰੀ ਵੀ ਦਿੱਤੀ ਜਾਊਗੀ, ਉਹ ਵੀ ਨਵੇਂ ਬਿਲਕੁਲ ਨਵੇਂ ਬਾਲੀਵੁੱਡ ਸਟਾਈਲ ਦੀ ਅਸੀਂ ਲੈ ਕੇ ਆਏ ਹੋਏ ਹਾਂ ਹਰ ਇੱਕ ਲਹਿੰਗੇ ਦੇ ਨਾਲ। ਇਹ ਵੀ ਗਰਲਿਸ਼ ਦਾ ਨਾਈਟ ਫੰਕਸ਼ਨ ਵਾਸਤੇ ਬਹੁਤ ਸੋਹਣਾ, ਇਹ ਸਿਲਵਰ ਵਰਕ ਹੈ। ਇਹ ਵੈਲਵਟ ਦੇ ਵਿੱਚ ਹੈ ਅਤੇ ਜਰੀ ਦਾ ਵਰਕ ਹੋਇਆ ਹੋਇਆ ਸਾਰਾ ਇਹਦੇ 'ਤੇ, ਅਤੇ ਇਹ ਵੀ ਕਲਾਇੰਟ ਦੇ ਉਹਦੇ ਅਨੁਸਾਰ ਐਡਜਸਟ ਹੋ ਜਾਏਗਾ, ਹਾਈਟ ਇਹਦੀ ਘੱਟ ਵੱਧ ਜਾਊਗੀ ਕਲਾਇੰਟ ਦੇ ਜੋ ਉਹਨਾਂ ਦੀ ਡਿਮਾਂਡ ਹੋਊਗੀ। ਸਾਰਾ ਨੈਕਸਟ ਅਗਲਾ ਡਿਜ਼ਾਇਨ ਹੈ, ਇਹ ਤੁਹਾਨੂੰ ਕਿਤੇ ਵੀ ਇੱਥੇ ਮਿਲੇਗਾ ਨਹੀਂ ਆਲਮ ਬਸੀ ਦੇ ਵਿੱਚ। ਤਾਂ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ੋਰੂਮ ਦੇ ਅੰਦਰ। ਤਾਂ ਤੁਸੀਂ ਦੇਖੋ ਮੂਨ ਲਾਈਟ ਲਹਿੰਗਾ ਹਾਊਸ ਹੁਣ ਤੁਸੀਂ ਪਠਾਣਾ ਦੇ ਵਿੱਚ ਖੁੱਲ੍ਹ ਚੁੱਕਿਆ ਹੈ, ਤਾਂ ਵੱਖ ਵੱਖ ਤਰ੍ਹਾਂ ਦੇ ਟ੍ਰੈਡੀਸ਼ਨਲ ਜਿਹੜੇ ਲਹਿੰਗੇ ਨੇ ਹੁਣ ਤੁਹਾਨੂੰ ਇੱਥੇ ਮਿਲਣਗੇ। ਰੇਟਾਂ ਦੀ ਅਗਰ ਗੱਲ ਕਰੀਏ ਤਾਂ ਰੇਟ ਬਿਲਕੁਲ ਜਾਇਜ਼ ਹੋਣਗੇ, ਅਤੇ ਹਰ ਇੱਕ ਜੋ ਇਵੈਂਟ ਹੋਏਗਾ ਹਰ ਤਿਉਹਾਰ ਹੋਏਗਾ ਉਸ ਤਿਉਹਾਰ ਦੇ ਨਾਲ ਤੁਹਾਨੂੰ ਕਾਫੀ ਸਾਰੇ ਆਫਰਾਂ ਦਿੱਤੀਆਂ ਜਾਣਗੀਆਂ, ਆਫਰਾਂ ਦੇ ਵਿੱਚ ਤੁਹਾਨੂੰ ਕਾਫੀ ਕੁਝ ਮੁਫਤ ਦਿੱਤਾ ਜਾਏਗਾ, ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ। ਤਾਂ ਤਸਵੀਰਾਂ ਤੁਸੀਂ ਦੇਖੋ ਮੂਨ ਲਾਈਟ ਲਹਿੰਗਾ ਹਾਊਸ ਦੀਆਂ,
जिथे अज असी पुजे हाँ ओनर दे नाल भी गलबात करांगे कि इत्थे की कुछ खास लैके आए ने। असी पहुँच चुके हाँ शोरूम के अंदर, तुहानू हुण वख-वख तरह के लहंगे दिखावांगे। तो तुसी देखो किन्ने प्यारे प्यारे डिज़ाइन ने, वक्रे वक्रे डिज़ाइन के नाल वक्रा वक्रा कलर इत्थे अवेलेबल है ते कस्टमर नू हर तरह की इत्थे फैसिलिटी मिलन वाली है। तो वक्रे वक्रे ट्रेडिशन दे विच लहंगे हुण इत्थे तुहानू मुहैया करवाए जाणगे। किते जाण दी जरूरत नहीं होएगी, तुहानू इको छत दे नीचे हर तरह का लहंगा उपलब्ध करवाया जाएगा। तो हर डिज़ाइन दे नाल तुहानू कुछ ऑफरां भी दित्तियां जाणगियां ते ऑफरां दे नाल तुहानू बहुत कुछ खास मिलण वाला है। तो गलबात करके देखते हाँ कि कुछ खास लैके पुजे ने। हुण नवां शोरूम मैडम वल्लों खोलिया गया ते कड़ी कड़ी ट्रेडिशनल दे जड़े ने लहंगे लेके पहुंचे ने। मैडम सत श्री अकाल, बहुत बहुत स्वागत है चैनल दे विच। मेरा नाम नरेंद्र कौर है सर, ते असी अज ही ओपनिंग की है। साडा ये शोरूम हैगा जेल रोड बसी पठाना दे उपरी हैगा, रोड ते बस स्टैंड दे अंदर तीन चार दुकाना शॉप साडी हैगी है। ते असी बॉलीवुड न्यू ओपन है, साडे कोल न्यू बॉलीवुड स्टाइल, रजवाड़ा स्टाइल, ये साडे कोल सारे अवेलेबल हैगे हैं। तो बाकी जो क्लाइंट की डिमांड होएगी असी उहदे मुताबिक उन्हां नूं इत्थे जो भी वरायटी है प्रोवाइड करांगे। अगर नैट तो कढ़वा के साडे कोल आंदे वी सानूं इह हैगा, साडे कोल नहीं हैगा, सानूं सिर्फ 10 दिन का टाइम देणगे, साडे असी उन्हां नूं तैयार करके उही कलर उही सेम उन्हां नूं प्रोवाइड करवा के देवांगे। तो मैनूं इह है वी इक वार जरूर आके उह विजिट करन ते सानूं सेवा का मौका जरूर देण। की कुछ रेट रहन वाला है, की कुछ ऑफर रहन वाली ने? हुण तियां दा त्यौहार हैगा, रखड़ी हैगी है, आने वाली दिवाली हैगी है, या कह लिए कि विआह शादियां सीजन आने वाले ने, की कुछ ऑफर लैके पुजियो, की कुछ रेट तुहाडे होणगे? साडे बिल्कुल जेन्युइन होणगे। मैं ही कहूँगी भी क्लाइंट नूं ब्राइड नूं खन्ने राजपुरे खमाणों किते जाण दी नीड नहीं पड़ेगी, इत्थों ही सारा कुछ उन्हां नूं अवेलेबल असीं करके देवांगे। साडा 2000 ब्राइडल रेंट तो लैके 15,000 ते साडे कोल रेंट ते हैगे आ। तो वह अपना जे उन्हें बाय करना तो साढ़े को बाय भी कर सकते हैं। साड़िया ऑफर है जिन्हों का 10,000 तो उपर होएगा असी उन्होंने ब्राइडल मेकअप नाल फ्री देवे। तो नाल जे चाहे 2000 रेंट च लेंदियाँ चाहे 10 का लेंदियाँ 15, असी उन्होंने चूड़ा ब्राइड में बिल्कुल फ्री देवे। हम रखड़ी आ रही है, असी उस भी जरूर कोई ना कोई ऑफर लगावे जी। सर मैम लहंगे की अगर गल करिए तो की कुछ कलर ने, कि वख-वख वरायटियां दे लहंगे हैगे ने, उन्हां बारे दसो थोड़ा। साडे कोल सर कलर वरायटी भी बहुत है, जो कई बार कंट्रास्ट ही पाउंदियां ने ब्राइडलां, ते बाकी सारियां वरायटियां हैगियां साडे कोल। बॉलीवुड स्टाइल हैगा, साबेसाची दे हैगे आ साडे कोल, सारे किस्म दे साडे कोल जिहड़े हैगे आ अवेलेबल हैगे आ, असीं उन्हां नूं जरूर प्रोवाइड करवावांगे। जिन्हां नूं एड्रैस नहीं पता वह किस तरह लोकेशन करने, या फिर तुहानूं कोई तुहाडा कोई कॉन्टैक्ट नंबर या कोई इस तरह की लोकेशन जिदे राही आसानी दे नाल तुहाडे तक पहुँच की जाए? सर साडा बिल्कुल नवां बस स्टैंड दे अंदर है, जेल रोड हैगा बसी पठाना है, ते जेल रोड बसी पठाना बिल्कुल ओपन, मून लाइट ब्यूटी सलून एंड लहंगा हाउस साडा नाल ही है, बिल्कुल नाल है, बड़ा सौखा आना बस स्टैंड दे नाल ही है। ते की कुछ टाइम रहन वाला मैम, की कुछ टाइम दे ਤੁਹਾਡਾ ਮਾਰਨਿੰਗ ਦਾ ਟਾਈਮ ਕੀ ਰਹੇਗਾ, ਈਵਨਿੰਗ ਦਾ ਟਾਈਮ ਕੀ ਰਹੇਗਾ? ਸਾਡਾ ਮਾਰਨਿੰਗ ਦਾ ਟਾਈਮ ਸਰ 9 ਵਜੇ ਤੋਂ ਲੈ ਕੇ ਰਾਤੀ ਅਸੀਂ 8 ਵਜੇ ਤੱਕ ਹੈਗੇ ਆ। ਅਗਰ ਉਸ ਤੋਂ ਬਾਅਦ ਵੀ ਕੋਈ ਕਲਾਇੰਟ ਸਾਨੂੰ ਬੁਲਾਉਂਦਾ ਅਸੀਂ ਬਿਲਕੁਲ ਉਹਨਾਂ ਨੂੰ ਜੋ ਵੀ ਚੀਜ਼ ਚਾਹੀਦੀ ਅਸੀਂ ਪ੍ਰੋਵਾਈਡ ਕਰਾਵਾਂਗੇ ਉਹਨਾਂ ਨੂੰ ਜੀ। ਤੇ ਚਾਹੇ ਸਾਨੂੰ ਸ਼ੋਰੂਮ ਅਸੀਂ ਓਪਨ ਦੁਆਰਾ ਕਰ ਲਾਂਗੇ ਜੀ, ਹਰ ਤਰ੍ਹਾਂ ਦੀ ਸੁਵਿਧਾ ਦੇਵਾਂਗੇ। ਕੀ ਲਹਿੰਗੇ ਦੇ ਨਾਲ ਕੀ ਕੁਝ ਅਸੈਸਰੀਆਂ ਰਹਿਣ ਵਾਲੀਆਂ ਨੇ, ਕੀ ਕੁਝ ਤੁਸੀਂ ਉਹ ਅਸੈਸਰੀ ਦੇ ਨਾਲ ਦੇਣ ਵਾਲੇ ਹੋ? ਸਰ ਅਸੈਸਰੀ ਦੇ ਨਾਲ ਪੂਰਾ ਸੈੱਟ ਹੁੰਦਾ ਹੈ, ਬ੍ਰਾਈਡਲ ਸੈੱਟ ਹੁੰਦਾ ਜਿਹਦੇ ਵਿੱਚ ਹੱਥਾਂ ਦੇ ਹੁੰਦੇ ਆ, ਗਲ ਦਾ ਹੁੰਦਾ, ਲੌਂਗ ਹੁੰਦਾ ਹੈ, ਕਾਂਟੇ ਵਗੈਰਾ ਉਹ ਅਸੀਂ ਦੇਵਾਂਗੇ, ਏਅਰਿੰਗ ਵਗੈਰਾ ਸਾਰੇ ਹੁੰਦੇ ਆ, ਅਤੇ ਇੱਕ ਬ੍ਰਾਈਡਲ ਸੈੱਟ ਅਸੀਂ ਦੇਵਾਂਗੇ, ਉਹ ਫ੍ਰੀ ਵਿੱਚ ਹੋਏਗਾ ਬਿਲਕੁਲ। ਜਿਹੜਾ ਤੁਸੀਂ ਚੂੜਾ ਕਹਿ ਰਹੇ ਹੋ ਫ੍ਰੀ ਜਿਹੜਾ ਪ੍ਰੋਵਾਈਡ ਕਰਵਾਉਂਗੇ ਉਹ ਵਾਪਸ ਕਰਨਾ ਹੋਏਗਾ ਜਾਂ ਰੈਂਟ ਦੌਰਾਨ ਹੀ ਉਹ ਰੱਖਣਾ? ਉਹ ਰੱਖ ਬਿਲਕੁਲ ਫ੍ਰੀ ਹੈ, ਉਹ ਰੱਖ ਸਕਦੇ ਹਾਂ, ਵਾਪਸ ਨਹੀਂ ਆਏਗਾ, ਵਾਪਸ ਸਾਡਾ ਸਿਰਫ ਰੈਂਟ 'ਤੇ ਗਿਆ ਹੋਇਆ ਲਹਿੰਗਾ ਹੀ ਆਏਗਾ, ਔਰ ਅਗਰ ਬਾਏ ਵੀ ਕਰਦੇ ਆ ਤਾਂ ਵੀ ਅਸੀਂ ਉਹਨਾਂ ਨੂੰ ਨਾਲ ਚੂੜਾ ਦੇਵਾਂਗੇ। ਅਕਸਰ ਹੁੰਦਾ ਹੈ ਕਿ ਜਦੋਂ ਲਹਿੰਗਾ ਬ੍ਰਾਈਡਲ ਹੁਣ ਜਿਵੇਂ ਸੀਜ਼ਨ ਹੈਗੇ ਆ ਵਿਆਹ ਸ਼ਾਦੀਆਂ ਦੇ ਆਉਣ ਵਾਲੇ, ਅਤੇ ਕਈ ਵਾਰੀ ਬ੍ਰਾਈਡਲ ਦਾ ਹੁੰਦਾ ਕਿ ਸਵੇਰੇ ਕੁਝ ਪਾਉਣਾ ਹੈ ਸ਼ਾਮੀ ਕੁਝ ਪਾਉਣਾ ਹੈ,
ਠੀਕ ਹੈ ਤੇ ਕੋਈ ਐਕਸਚੇਂਜ ਆਫਰ ਵੀ ਹੈ ਰੱਖੀ ਹੋਈ ਹੈ ਤੁਸੀਂ ਸਰ ਜੇ ਅਗਰ ਚਾਹੁੰਦੇ ਆ ਸਵੇਰੇ ਉਹਨਾਂ ਨੇ ਮਾਰਨਿੰਗ ਟਾਈਮ ਹੋਰ ਲਹਿੰਗਾ ਪਾਇਆ ਸ਼ਾਮੀ ਕੁਛ ਉਹਨਾਂ ਨੇ ਹੋਰ ਪਾਇਆ ਤਾਂ ਅਸੀਂ ਉਹਨਾਂ ਦੇ ਐਕਸਚੇਂਜ ਆਫਰ ਵੀ ਰੱਖੀ ਹੋਈ ਹੈ ਬਿਲਕੁਲ ਆ ਕੇ ਅਸੀਂ ਉਹਨਾਂ ਨੂੰ ਉਹ ਸੇਵਾ ਦੇਵਾਂਗੇ ਕੀ ਕੁਝ ਰਹਿਣ ਵਾਲਾ ਮੈਮ ਐਕਸਚੇਂਜ ਦੇ ਵਿੱਚ ਕੁਝ ਜ਼ਿਆਦਾ ਨਹੀਂ ਹੋਏਗਾ ਸਰ 1000 ਵਗੈਰਾ ਬਹੁਤ ਬਾਏ 1000 ਉਹਨਾਂ ਨੂੰ ਪੇ ਕਰਨਾ ਪਏਗਾ ਜਿਹੜਾ ਮਰਜ਼ੀ ਲਹਿੰਗਾ ਲਿਜਾ ਸਕਦੇ ਆ ਮਤਲਬ ਰੇਟ ਜਿਹੜਾ ਲਹਿੰਗੋ ਪਹਿਲੇ ਲੈ ਕੇ ਜਾਣਗੇ ਉਹਦਾ ਰੇਟ ਕੀ ਹੈ ਤੇ ਐਕਸਚੇਂਜ ਦਾ ਅਗਰ ਉਸ ਦਾ ਉਹ 3000 ਤੇ ਲੈ ਕੇ ਗਏ ਆ ਐਕਸਚੇਂਜ ਕਰਨਾ ਤਾਂ ਬਸ ਇੱਕ 1000 ਉਹਨਾਂ ਨੂੰ ਐਕਸਟਰਾ ਦੇਣਾ ਪਏਗਾ ਮਤਲਬ ਕਿ ਜੇਕਰ ਕੋਈ ਲੈ ਕੇ ਜਾਂਦਾ ਰੈਂਟ ਦੇ ਉੱਤੇ ਤਾਂ 2000 ਰੁਪਿਆ ਜਾਂ ਕੀ ਕੁਛ ਰੇਟ ਹੈ ਥੋੜਾ ਜਿਹਾ ਮੈਨੂੰ ਕਨਫਰਮ ਕਰ ਦਿਓ ਦਰਸ਼ਕਾਂ ਨੂੰ ਜ਼ਰੂਰ ਇੱਕ ਵਾਰੀ ਦੱਸ ਦਿਓ ਵੀ ਕੀ ਕੁਛ ਰੈਂਟ ਹੋਏਗਾ ਸਟਾਰਟਿੰਗ ਰੇਟ ਕੀ ਹੈਗੇ ਨੇ ਤੁਹਾਡੇ ਜਾਂ ਅਪਰ ਤੱਕ ਕਿੰਨੇ ਰੇਟ ਹੈਗੇ ਹੈ ਜੋ ਕਿ ਦਰਸ਼ਕ ਜਿਹੜੇ ਇੱਥੇ ਪੁੱਜਣ ਤੇ ਉਹਨਾਂ ਨੂੰ ਪਤਾ ਹੋਵੇ ਵੀ ਸਾਨੂੰ ਕੀ ਕੁਛ ਮਿਲਣ ਵਾਲਾ ਹੈ ਕੀ ਕੁਛ ਰੇਟ ਹੋਣ ਵਾਲੇ ਨੇ ਸਰ ਜਿਹੜੇ ਗਾਊਨ ਪਾਰਟੀ ਵੇਅਰ ਹੈ ਉਹ ਸਾਡੇ 500 ਤੋਂ ਸਟਾਰਟ ਹੋ ਜਾਂਦਾ ਹੈ ਤੇ ਜਿਹੜੇ ਬ੍ਰਾਈਡਲ ਹੈਗੇ ਉਹ 2000 ਤੋਂ ਸਟਾਰਟ ਹੋ ਕੇ 15000 ਤੱਕ ਤੇ ਹੈਗੇ ਆ ਸਾਡੇ ਕੋਲ ਤੇ ਉਹ ਬਾਏ ਵੀ ਕਰ ਸਕਦੇ ਆ ਤੇ 50000 ਤੱਕ ਹੈਗੇ ਅਸੀਂ ਹੋਰ ਵੀ ਵੈਰਾਈਟੀ ਲੈ ਕੇ ਆਵਾਂਗੇ ਜਿਹੜੀ ਕਿਤੇ ਨਹੀਂ ਮਿਲੂਗੀ ਸਾਡੇ ਕੋਲੋਂ ਹੀ ਮਿਲੂਗੀ ਉਹਨਾਂ ਦਾ ਬਾਜ਼ਬ ਰੇਟ ਹੋਏਗਾ ਬਿਲਕੁਲ ਰੈਂਟ ਬਿਲਕੁਲ ਸਭ ਨਾਲੋਂ ਸਸਤਾ ਸਾਡੀ ਸ਼ਾਪ ਤੇ ਮਿਲੂਗਾ ਤੇ ਜਿਹੜਾ 2000 ਦਾ ਸਟਾਰਟਿੰਗ ਤੁਸੀਂ ਦੱਸ ਰਹੇ ਹੋ ਕਿ ਜੇਕਰ ਉਹਨਾਂ ਨੇ ਐਕਸਚੇਂਜ ਕਰਨਾ ਹੈ ਤਾਂ ਉਹਨਾਂ ਨੂੰ ਫਿਰ ਕਿ 2000 ਦੇ ਬਦਲੇ 4000 ਪੇ ਕਰਨੇ ਪੈਣਗੇ ਕਿ ਸਿਰਫ ਸਾਨੂੰ ਉਹ 1000 ਦੇਣਗੇ ਤੇ ਚੇਂਜ ਕਰ ਸਕਦੇ ਆ ਤਾਂ ਬਿਲਕੁਲ 1000 ਰੁਪਏ ਦਾ ਬਚਤ ਹੋਣ ਵਾਲੀ ਹੈ ਜੇਕਰ ਤੁਸੀਂ 2000 ਰੁਪਏ ਦਾ ਲਹਿੰਗਾ ਲੈਂਦੇ ਹੋ ਕਿਰਾਏ ਤੇ ਲੈਂਦੇ ਹੋ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਸਵੇਰੇ ਕੁਝ ਪਾਇਆ ਹੈ ਸ਼ਾਮ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੁਬਾਰਾ ਐਕਸਟਰਾ 2000 ਰੁਪਏ ਕਰਨ ਦੀ ਜ਼ਰੂਰਤ ਨਹੀਂ ਪਏਗੀ ਤੁਸੀਂ 1000 ਰੁਪਇਆ ਦੇ ਕੇ ਆਪਣਾ ਲਹਿੰਗਾ ਐਕਸਚੇਂਜ ਕਰ ਸਕਦੇ ਹੋ ਤਾਂ ਤੁਹਾਡੇ ਨਾਲ ਅਸੀਂ ਲਹਿੰਗੇ ਵੀ ਜ਼ਰੂਰ ਸਾਂਝੇ ਕਰਾਂਗੇ ਕਿ ਕੁਛ ਡਿਜ਼ਾਈਨ ਨੇ ਕੀ ਕੁਛ ਜਿਹੜੇ ਟ੍ਰੈਡੀਸ਼ਨਲ ਦੇ ਹੈਗੇ ਨੇ ਕਿੱਥੋਂ ਕਿੱਥੋਂ ਦੇ ਨੇ ਕੀ ਕੁਛ ਖਾਸ ਹੈਗਾ ਤੇ ਉਹਨਾਂ ਨਾਲ ਬਸ ਗੱਲਬਾਤ ਵੀ ਜਾਰੀ ਰੱਖਾਂਗੇ ਤੇ ਤੁਹਾਨੂੰ ਲਹਿੰਗੇ ਵੀ ਜ਼ਰੂਰ ਦਿਖਾਵਾਂਗੇ ਮੈਮ ਜਿਹੜਾ ਇਹ ਲਹਿੰਗਾ ਹੈਗਾ ਹੈ ਕੀ ਖਾਸੀਅਤ ਹੈਗੀ ਹੈ ਕੀ ਕੁਛ ਹੈ ਰਾਜਵਾੜੀ ਲਹਿੰਗਾ ਹੈਗਾ ਇਹ ਤੇ ਕਲਰ ਕੰਟਰਾਸਟ ਹੈ ਜਿਹੜੇ ਲੇਡੀਜ਼ ਕਹਿ ਦਿੰਦੇ ਆ ਵੀ ਅਸੀਂ ਰੈੱਡ ਮੈਰੂਨ ਵਗੈਰਾ ਨਹੀਂ ਪਾਣੀਆਂ ਬ੍ਰਾਈਡ ਬੋਲਦੇ ਆ ਤਾਂ ਅਲੱਗ ਚੀਜ਼ ਲੈ ਕੇ ਆ ਇਹਨਾਂ ਨਾਲ ਦੁਪੱਟਾ ਪੀਚ ਰੰਗ ਦਾ ਹੈਗਾ ਤੇ ਇਹ ਕੰਟਰਾਸਟ ਵਿੱਚ ਆਉਂਦਾ ਹੈ ਇਹ ਬਾਲੀਵੁੱਡ ਸਟਾਈਲ ਹੈ ਸਾਬੇ ਸਾਚੀ ਦਾ ਕਾਪੀ ਕੀਤਾ ਹੋਇਆ ਡਿਜ਼ਾਈਨ ਹੈ ਤੇ ਹੁਣ ਆਪਣੀ ਮੈਰਿਜ ਤੇ ਆਲੀਆ ਭੱਟ ਨੇ ਵੀ ਪਾਇਆ ਹੋਇਆ ਇਹ ਚੈੱਕ ਕਰ ਸਕਦੇ ਹੋ ਕਿਆਰਾ ਅਡਵਾਨੀ ਦੇ ਵੀ ਇਹ ਸਰ ਪਾਇਆ ਹੋਇਆ ਤੇ ਉਸ ਤੋਂ ਅਗਲਾ ਰਾਜਵਾੜੀ ਲਹਿੰਗਾ ਆ ਗਿਆ ਸਰ ਇਹ ਸਾਡਾ ਗਿਆ ਬਾਲੀਵੁੱਡ ਸਾਬੇ ਸਾਚੀ ਦਾ ਡਿਜ਼ਾਈਨ ਆ ਗਿਆ ਇਹ ਰਜਵਾੜਾ ਆ ਗਿਆ ਇਹ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਬਹੁਤ ਹੈ ਸਰ ਸਾਡੇ ਬੱਸੀ ਪਠਾਣਾ ਵਿੱਚ ਇਹ ਡਿਜ਼ਾਈਨ ਨਹੀਂ ਮਿਲੂਗਾ ਇਹ ਬਹੁਤ ਰਜਵਾੜਾ ਸਟਾਈਲ ਆ ਔਰ ਬਹੁਤ ਟ੍ਰੈਂਡ ਦੇ ਵਿੱਚ ਹੈ ਬਿਲਕੁਲ ਰੋਇਲ ਰੁੱਕ ਆਉਂਦੀ ਹੈ ਸਰ ਇਹਦੇ ਵਿੱਚ ਅਤੇ ਬਹੁਤ ਅੱਛਾ ਫੋਟੋ ਸੈਸ਼ਨ ਜਦੋਂ ਹੁੰਦਾ ਹੈ ਬ੍ਰਾਈਡ ਇੱਕਦਮ ਬਹੁਤ ਗਲੋਗੋ ਬਹੁਤ ਵਧੀਆ ਲੱਗਦਾ ਬ੍ਰਾਈਡ ਦੇ ਪਾਇਆ ਹੋਇਆ ਇਹ ਅਤੇ ਅੱਜ ਕੱਲ੍ਹ ਜ਼ਿਆਦਾ ਸਾਡੇ ਤੋਂ ਇਹੀ ਮੰਗਦੇ ਇਹਦੇ ਵਿੱਚ ਵੀ ਅਲੱਗ ਕਲਰ ਮਿਲ ਜੂਗਾ ਅਤੇ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨ ਵੀ ਹੋਰ ਹੈ ਕਲਰ ਵੀ ਅਲੱਗ ਹੈ ਇਹ ਅੰਗੂਰੀ ਇਹਨੂੰ ਅੰਗੂਰੀ ਲਹਿੰਗਾ ਬੋਲਦੇ ਆ ਸਰ ਇਹ ਵੀ ਮਾਲਵਾੜੀ ਵਿੱਚ ਆਉਂਦਾ ਹੈ ਇਹ ਵੀ ਸਾਡੇ ਕੋਲ ਬਿਲਕੁਲ ਨਿਊ ਵਰਾਇਟੀ ਹੈਗੀ ਆ ਬਾਏ ਵੀ ਕਰ ਸਕਦੇ ਹੋ ਅਤੇ ਰੈਂਟ 'ਤੇ ਵੀ ਲੈ ਸਕਦੇ ਹਾਂ ਜੀ ਡਿਜ਼ਾਈਨ ਕਿੰਨੇ ਤਰ੍ਹਾਂ ਦੇ ਰਹਿਣ ਵਾਲੇ ਨੇ ਤੇ ਕਲਰ ਇਹਦੇ ਵਿੱਚ ਕੀ ਚੋਇਸ ਹੋਏਗੀ ਸਰ ਕੋਈ ਅੰਤ ਨਹੀਂ ਹੈਗਾ ਸਾਡੇ ਕੋਲ ਬਹੁਤ ਜ਼ਿਆਦਾ ਲਹਿੰਗੇ ਹੈਗੇ ਆ ਇਹਦੇ ਵਿੱਚ ਹੀ ਸਾਡੇ ਕੋਲ 5-6 ਡਿਜ਼ਾਈਨ ਦੇ ਲਹਿੰਗੇ ਅਲੱਗ ਹੈਗੇ ਆ ਔਰ ਕਲਰ ਵੀ ਅਲੱਗ ਹੈ ਔਰ ਡਿਜ਼ਾਈਨ ਵੀ ਅਲੱਗ ਮਿਲੂਗਾ ਤੇ ਜੇਕਰ ਕੋਈ ਸਾਈਜ਼ ਦੀ ਦਿੱਕਤ ਆਉਂਦੀ ਹੈ ਜਾਂ ਜਿਵੇਂ ਕਈਆਂ ਦੀ ਹਾਈਟ ਨੂੰ ਲੈ ਕੇ ਹੁੰਦਾ ਹੈ ਇਸ਼ੂ ਤੇ ਕਈਆਂ ਨੂੰ ਫਿਟਨੈਸ ਨੂੰ ਲੈ ਕੇ ਹੁੰਦਾ ਹੈ ਤੇ ਕੀ ਕੁਝ ਅਵੇਲੇਬਲ ਹੈਗੀ ਆ ਜਦੋਂ ਵੀ ਉਹ ਕਲਾਇੰਟ ਆਏਗਾ ਉਹਦੇ ਮੁਤਾਬਕ ਇਹਦੀ ਜਿਹੜੀ ਸਟਿਚਿੰਗ ਕੀਤੀ ਜਾਊਗੀ ਬਿਲਕੁਲ ਫਿੱਟ ਹੋਏਗੀ ਉਹਦਿਆਂ ਦੇ ਜੀ ਇਹਨਾਂ ਦੇ ਨਾਲ ਤੁਸੀਂ ਕੀ ਕੁਝ ਦੇਣ ਵਾਲੇ ਹੋ ਲਹਿੰਗੇ ਸਰ ਬਿਲਕੁਲ ਫਰੈਸ਼ ਕੋਈ ਮਤਲਬ ਕਾਪੀ ਨਹੀਂ ਹੈ ਕੁਝ ਨਹੀਂ ਹੈ ਪਾਣੇ ਉਹਨਾਂ ਦੇ ਮੁਤਾਬਕ ਹੀ ਆਪਾਂ ਡਿਜ਼ਾਈਨ ਕਰਕੇ ਜਿੱਦਾਂ ਦੇ ਬ੍ਰਾਈਡ ਚਾਹੂਗੀ ਉਦਾਂ ਡਿਜ਼ਾਈਨ ਕਰਕੇ ਆਪਾਂ ਉਹਨਾਂ ਨੂੰ ਦਵਾਂਗੇ ਕੀ ਕੀ ਨਾਲ ਦੇਣ ਵਾਲੇ ਹੋ ਇਹਨਾਂ ਦੇ ਇਹਦੇ ਵਿੱਚ ਇਹਦੇ ਵਿੱਚ ਜਿਊਲਰੀ ਹੋਏਗੀ ਬ੍ਰਾਈਡਲ ਸੈੱਟ ਹੁੰਦਾ ਸਰ ਪੂਰਾ ਤੇ ਇਹਦੇ ਨਾਲ ਇੱਕ ਬ੍ਰਾਈਡਲ ਉਹ ਲਹਿੰਗਾ ਫ੍ਰੀ ਮਿਲੇਗਾ ਜੇ 50000 ਕਰਦੇ ਆ 10000 ਤੱਕ ਰੈਂਟ ਤੇ ਕੋਈ ਵੀ ਜਾਂਦਾ ਹੈ ਤਾਂ ਉਹਦੇ ਵਿੱਚ ਬ੍ਰਾਈਡਲ ਮੇਕਅਪ ਹੈ ਜਿਹੜਾ ਉਹ ਬਿਲਕੁਲ ਫ੍ਰੀ ਹੋਏਗਾ ਤੇ ਐਸੇ ਵਿੱਚ ਸਾਡੇ ਕੋਲ ਹੋਰ ਆ ਗਿਆ ਇਹ ਵੈਲਵਟ ਦੇ ਵਿੱਚ ਆਇਆ ਜਰੀ ਵਰਕ ਹੋਇਆ ਹੋਇਆ ਸਰ ਦੇਖਣ ਨੂੰ ਬਹੁਤ ਭਾਰਾ ਲੱਗਦਾ ਹੈ ਲੇਕਿਨ ਬਿਲਕੁਲ ਲਾਈਟ ਵੇਟ ਹੈ ਜੋ ਦੁਲਹਨ ਬ੍ਰਾਈਡ ਕਹਿੰਦੀ ਹੁੰਦੀ ਹੈ ਵੀ ਸਾਨੂੰ ਬਹੁਤਾ ਭਾਰੀ ਨਹੀਂ ਚਾਹੀਦਾ ਲੇਕਿਨ ਬਿਲਕੁਲ ਲਾਈਟ ਵੇਟ ਹੈ ਦੇਖਣ 'ਚ ਬਹੁਤ ਹੈਵੀ ਲੱਗਦਾ ਹੈ ਇਹ ਪਾ ਕੇ ਲੜਕੀਆਂ ਬਹੁਤ ਖੁਸ਼ ਹੁੰਦੀਆਂ ਹੈ ਹਰ ਤਰ੍ਹਾਂ ਦਾ ਸਾਈਜ਼ ਅਵੇਲੇਬਲ ਹੈਗਾ ਬਿਲਕੁਲ ਬਿਲਕੁਲ ਹੈਗਾ ਸਰ ਬਿਲਕੁਲ ਤਾਂ ਤੁਸੀਂ ਲਹਿੰਗੇ ਦੇਖੇ ਹੈ ਕਿ ਕਿਸ ਤਰ੍ਹਾਂ ਦੇ ਡਿਜ਼ਾਈਨ ਨੇ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਡਿਜ਼ਾਈਨ ਮਿਲਣ ਵਾਲਾ ਹੈ ਹਰ ਤਰ੍ਹਾਂ ਦਾ ਇੱਥੇ ਤੁਹਾਨੂੰ ਕਲਰ ਮਿਲਣ ਵਾਲਾ ਹੈ ਅਤੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ
ਲੈ ਜਿਹੜਾ ਸ਼ੋਰੂਮ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਲਹਿੰਗਾ ਜ਼ਰੂਰ ਮਿਲੇਗਾ। ਅਤੇ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ, ਸਾਈਜ਼ ਨੂੰ ਲੈ ਕੇ ਦਿੱਕਤ ਆਉਂਦੀ ਹੈ ਜਾਂ ਫਿਰ ਫਿਟਿੰਗ ਨੂੰ ਲੈ ਕੇ ਦਿੱਕਤ ਆਉਂਦੀ ਹੈ, ਤਾਂ ਇਹਨਾਂ ਵੱਲੋਂ ਹਰ ਚੀਜ਼ ਦਾ ਹੱਲ ਕੀਤਾ ਜਾਏਗਾ। ਤਾਂ ਨਵਾਂ ਸ਼ੋਰੂਮ ਇਹਨਾਂ ਵੱਲੋਂ ਹੁਣ ਖੁੱਲ੍ਹ ਚੁੱਕਿਆ ਹੈ। ਤੁਹਾਨੂੰ ਸ਼ੋਰੂਮ ਦਾ ਨਾਮ ਫਿਰ ਤੋਂ ਦੱਸ ਦਿੰਦੇ ਹਾਂ, ਮੂਨਲਾਈਟ ਜਿਹੜਾ ਗਾਊਨ ਹਾਊਸ ਇਹ ਦੇ ਨਾਮ ਤੋਂ ਇਹ ਸ਼ੋਰੂਮ ਹੈਗਾ। ਤਾਂ ਇਸ ਸ਼ੋਰੂਮ ਦੇ ਵਿੱਚ ਤੁਹਾਨੂੰ ਬਹੁਤ ਹੀ ਖਾਸ ਔਫਰਾਂ ਹੁਣ ਮਿਲਣ ਵਾਲੀਆਂ ਨੇ, ਤਾਂ ਜਲਦ ਤੋਂ ਜਲਦ ਇੱਥੇ ਪੁੱਜੋ ਅਤੇ ਇਸ ਔਫਰਾਂ ਦਾ ਲਾਭ ਲਓ। ਕੈਮਰਾਮੈਨ ਮੋਹਨ ਦੇ ਨਾਲ ਸਨੀ ਅਟਵਾਲ, ਬਸੀ ਪਠਾਣਾ।